ਲੈ ਵੀ ਮਿੱਤਰੋ ਪਟਿਆਲਾ ਟੱਪੇ ਤੇ ਸਵਾਜਪੁਰ ਦੇ ਲੰਗਰ 'ਚ ਰੁਕੇ ਅਤੇ ਭਰਾਵਾਂ ਨੇ ਹੱਥ ਮਾਰ ਲਿਆ। ਆਹ ਸਾਰੇ ਮੁੰਡੇ ਕਹਿੰਦੇ ਫੋਟੋਆਂ ਕਰਾਉਣੀਆਂ, ਫੋਟੋਆਂ ਕਰਾ ਲਿਆ ਜੀ ਸਾਰੇ। ਬਾਜੀ ਬਸ ਇੱਕ ਕਿਸੇ ਵੀ ਵੀਰ ਨੇ ਲੰਘਣ ਨਹੀਂ ਦਿੱਤਾ, ਕਿਸੇ ਵੀ ਵੀਰ ਨੇ ਮੂਹਰੇ ਹੋ ਜਾਂਦੇ ਨੇ ਫੋਟੋਆਂ ਕਰਾਉਣ ਕਰਕੇ। ਬਸ ਆਹ ਸਾਰੇ ਭਰਾ ਜਾਣਦੇ ਆਪਾਂ ਨੂੰ, ਲਵ ਯੂ ਬਾਬਾ ਯਾਰ, ਇੰਨਾ ਪਿਆਰ ਆ। ਜਿਹੜੇ ਨਾਲ ਬੈਠੇ ਹੁੰਦੇ ਨੇ ਉਹ ਇੱਕ ਮਿੰਟ ਚ ਕਰਾ ਕੇ ਕੰਮ ਪਰਾਂ ਹੋ ਜਾਂਦੇ ਨੇ, ਫਿਰ ਨਾਲ ਕੋਈ ਨੀ ਖੜਦਾ, ਆਪੇ ਘੁਸਤਨੀਆਂ ਪੈਂਦੀਆਂ ਨੇ ਅਗਲੇ ਨੂੰ, ਜਿਹਦਾ ਸਾਧਨ ਹੁੰਦਾ ਹਨਾ ਕੇਰਾਂ। ਅਗਲਾ ਕਹਿੰਦਾ ਚੱਕ ਦੇ ਬਈ ਆਪਣੇ ਨਾਲ ਤਾਂ ਲੰਘ ਜੂ। ਲੈ ਵੀ ਮਿੱਤਰੋ ਨਵੇਂ ਬਲੌਗ 'ਚ ਬਾਈ ਸਵਾਗਤ ਆ, ਅਤੇ ਅੱਜ ਆਪਾਂ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਚੌਥਾ ਦਿਨ ਆ, ਹੈ ਨਾ, ਅਤੇ ਆਪਾਂ ਲੇਟ ਹੀ ਜਾਂਦੇ ਨਾ, ਦੇਖ ਲਓ ਤੁਸੀਂ ਪਾਰਕਿੰਗ ਹੋ ਗਈ ਕਲੀਅਰ, ਅਤੇ ਹੁਣ ਐਨ ਜਾਮ ਜਾਮ ਜਿਹੜਾ ਖੁੱਲਿਆ ਹੋਇਆ, ਹੁਣ ਜਾਵਾਂਗੇ ਨਾਲੇ ਉੱਤਰ ਗਈ ਧੁੰਦ। ਲੈ ਵੀ ਮਿੱਤਰੋ ਹੋ ਗਏ ਤਿਆਰ, ਦੀਪੂ ਨੇ ਵੀ ਬੰਨ੍ਹੀ ਪੱਗ, ਅਤੇ ਇੱਧਰੋਂ ਚੋਬਰਾਂ ਨੇ ਵੀ ਬੰਨ੍ਹੀਆਂ ਪੱਗ, ਅੱਧੇ ਕੁ ਬੰਦੇ ਸਾਡੇ ਪੱਗ ਗਏ ਸੀ, ਕਹਿੰਦੇ ਤੁਸੀਂ ਲੇਟ ਜਾਊਂਗੇ, ਉਹਨਾਂ ਨੂੰ ਕੰਮ ਸੀ, ਇੱਧਰ ਮੁੰਡਾ ਬੰਨ੍ਹਣ ਲੱਗ ਰਿਹਾ ਪੱਗਾਂ, ਅਤੇ ਉੱਧਰ ਸਾਰੀ ਸੰਗਤ ਵਾਪਸ ਹੋਣ ਲੱਗ ਗਈ ਕਿਉਂਕਿ ਹੁਣ ਧੁੰਦ ਉੱਤਰ ਗਈ, ਅਤੇ ਹੁਣ ਅਸੀਂ ਵੀ ਚੱਲੇ। ਚੱਲੀਏ ਦੀਪੂ। ਲੈ ਵੀ ਮੁੰਡਿਓ, ਅੱਜ ਤਾਂ ਸਟਾਰਟ ਵੀ ਨਹੀਂ ਹੋਇਆ ਟਰੈਕਟਰ, ਸਵੇਰੇ ਸਵੇਰੇ ਚਰ ਚਰ ਕਰ ਰਿਹਾ, ਅੱਜ ਤਾਂ ਝੱਕ ਦੀ ਬੈਂਟਰੀ ਵੱਡੀ ਲੈਣ ਨੇ, ਅਤੇ ਉਹ ਟਰੈਕਟਰ ਮੰਗਾਇਆ ਹੁਣ, ਉਹ ਟਰਾਲੀ ਕੱਢ ਕੇ ਆਏ ਨੇ ਮੁੰਡੇ, ਉੱਧਰ ਦੇ ਟਰੈਕਟਰ ਲੈ ਕੇ ਆਉਂਦੇ ਆ। ਵਾਪਸ ਆ ਗਈ ਸੀ ਬਾਈ, 3 ਵੱਜ ਗਏ, ਅਤੇ ਉੱਥੇ ਪ੍ਰਸ਼ਾਦਾ ਮੈਂ ਛੱਕ ਕੇ ਨਹੀਂ ਚੱਲਿਆ ਸੀਗਾ, ਰਸਤੇ 'ਚ ਰੁਕੇ ਸੀ, ਪ੍ਰਸ਼ਾਦਾ ਛਕਣ ਲੱਗੇ ਸੀ, ਲੰਗਰ ਲੱਗਿਆ ਹੋਇਆ ਯਾਰ। ਮਿੱਤਰੋ ਜਾ ਰਹੇ ਸੀ, ਅਤੇ ਭਰਾ ਜਾ ਰਹੇ ਸੀ ਮੋਟਰਸਾਈਕਲ, ਇਹਨਾਂ ਨੇ ਹੱਥ ਮਾਰ ਲਿਆ, ਰੁਕਣਾ ਪੈ ਗਿਆ, ਅਤੇ ਬਾਈਆਂ ਦਾ ਪਿੰਡ ਕਿਹੜਾ ਬਾਈ ਆਪਣਾ? ਸੀਵਨ ਹਰਿਆਣੇ 'ਚੋਂ ਨੇ ਬਾਈ, ਕੱਲ੍ਹ ਜ਼ਿਲ੍ਹੇ ਦੇ, ਅਤੇ ਰਾਹ 'ਚੋਂ ਜਾਂਦੇ ਸੀ, ਬਾਈਆਂ ਨੇ ਅੱਗੇ ਲਾ ਕੇ ਮੋਟਰਸਾਈਕਲ ਹੱਥ ਮਾਰ ਲਿਆ। ਥੈਂਕ ਯੂ ਯਾਰ, ਬਹੁਤ ਪਿਆਰ ਮਿਲਦਾ ਬਾਈ। ਦੀਪੂ ਰੀਲ ਬਣਾਉਣ ਲੱਗ ਗਿਆ ਬਾਈ, ਕਹਿੰਦੇ ਰੀਲ ਬਣਾ ਦੇ, ਟਰਾਲੀਆਂ ਜਾ ਰਹੀਆਂ ਨੇ, ਉਹ ਦੇਖੋ ਮੁੰਡੇ ਪ੍ਰਸ਼ਾਦੇ ਤੋਂ ਬਾਅਦ ਲੰਗਰ 'ਚ ਰੁਕੇ ਸੀ, ਅਤੇ ਆਹ ਛੋਟੇ ਛੋਟੇ ਜਵਾਕ ਜੇ ਸਾਰੇ ਜਾਣਦੇ ਆਪਾਂ, ਅਸੀਂ ਇਹਨਾਂ ਨੇ ਹੱਥ ਮਾਰਦਾ ਰੋਕ ਲਿਆ, ਚਾਹ ਪੀਣ ਲੱਗੇ ਸੀਗੇ, ਲੰਗਰ ਲਾਇਆ ਹੋਇਆ ਰੋਡ 'ਤੇ। ਭਰਾ ਟਰਾਲੀ ਵਾਲੇ ਕਹਿੰਦੇ ਸਾਨੂੰ ਵੀ ਲੈ ਲਓ, ਆ ਸਾਰੇ ਭਰਾ ਜਾਣਦੇ ਆਪਾਂ ਨੂੰ, ਲਵ ਯੂ ਬਾਬਾ ਯਾਰ, ਇੰਨਾ ਪਿਆਰ ਆ। ਹਾਂਜੀ ਯਾਰ, ਪਿਆਰ ਕਿਹਦਾ ਕਿਹਦਾ ਮੋੜਾ ਕੇ ਧੱਕੇ ਨਾਲੇ ਚਾਹ ਬਣਾ ਕੇ ਕਹਿੰਦੇ ਚਾਹ ਪੀ ਦੁਬਾਰੇ, ਭਰਾ ਯਾਰ ਸਾਰੇ ਵੀਡੀਓ ਦੇਖਦੇ ਉਹਨਾਂ ਨੂੰ ਧੱਕੇ ਨਾਲ ਹੀ ਰੋਕ ਰੁਕ ਲਿਆ ਦੇ ਬੰਦੇ ਵਾਪਸ ਚੱਲੇ ਬਈ ਹੁਣ। ਓਕੇ ਓਕੇ ਬਈ।
ਪਿਛਲੇ ਸਾਲ ਵਾਲਾ ਮੁੰਡਾ ਫੇਰ ਮਿਲ ਗਿਆ, ਇਹਨੇ ਪਹਿਲੇ ਫੋਨ ਕਰਿਆ ਹੋਇਆ ਸੀ ਰੋਕਣ ਵਾਸਤੇ ਰੋਕਣ। ਹਾਂ ਇਹ 2 ਸਾਲ ਹੋ ਗਏ ਲਗਾਤਾਰ ਹੀ ਮਿਲਦਾ, ਬਾਕੀ ਸਾਰਾ ਭਰਾਵਾਂ ਦਾ ਪਿਆਰ ਬਹੁਤ ਆ ਯਾਰ, ਲੰਗਰਾਂ 'ਚ ਸਿਰੇ ਤੋਂ ਲੈ ਕੇ ਸਿਰੇ ਤੱਕ ਰੁਕਦੀ ਆ ਰਹੇ ਹਾਂ ਸਾਰ। ਬਸ ਵੀਰੇ ਖਾਣਾ ਪੀਣਾ ਕੁਛ ਨਹੀਂ, ਬਸ ਹੋਰ ਨਾ ਲਿਆਇਓ ਇੱਕੋ ਹੀ ਖਾਵਾਂਗੇ, ਹੋਰ ਨਾ ਲਿਆਇਓ ਇੱਕੋ ਹੀ ਖਾਵਾਂਗੇ। ਕੋਈ ਵੀ ਨਹੀਂ ਲੰਘਣ ਦਿੰਦੇ ਭਰਾ, ਪੂਰੇ ਹੋ ਜਾਂਦੇ ਨੇ ਲੰਘਣਾ ਜੀ, ਪਰ ਉਹ ਮੁੰਡਾ ਕਹਿੰਦਾ ਲੰਘਣ ਨਹੀਂ ਦੇਣਾ ਹੈਗਾ, ਲੰਘਣ ਨਹੀਂ ਦਿੰਦੇ। ਖਾਣਾ ਪੀਰ ਕੁਛ ਨਹੀਂ ਹੈਗਾ, ਹਾਂ ਹਾਂ ਫੋਨ ਜ਼ਰੂਰ ਕਰ, ਤਾਂ ਹੀ ਰੋਕਦਾ, ਖਾਣਾ ਕੁਛ ਨਹੀਂ ਹੈ। ਵਧੀਆ ਬਸ ਓਕੇ ਆ ਬਾਈ ਬਾਏ। 4:30 ਹੋ ਜਾਂਦੇ ਪਟਿਆਲੇ ਪਹੁੰਚ ਗਏ, ਕਿਉਂਕਿ ਅੱਜ ਜਾਮ ਨਹੀਂ ਹੈਗਾ ਨਾ, ਤਾਂ ਕਰਕੇ ਛੇਤੀ ਪਹੁੰਚ ਗਏ ਸ਼੍ਰੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਪਟਿਆਲੇ ਦਾ। ਪਟਿਆਲੇ ਪਹੁੰਚ ਗਏ, ਜਾਮ ਬਹੁਤ ਘੱਟ ਸੀ ਆ, ਬਸ ਇੰਨਾ ਟਾਈਮ ਵੀ ਆਪਾਂ ਨੂੰ ਤਾਂ ਲੱਗ ਗਿਆ ਕਿਉਂਕਿ ਲੰਗਰ ਵਾਲਾ ਇੱਕ ਵੀ ਲੰਗਰ ਵਾਲੇ ਭਰਾ ਨੇ ਕਿਸੇ ਨੇ ਲੰਘਣ ਨਹੀਂ ਦਿੱਤਾ, ਭਾਵੇਂ ਕੁਛ ਖਾਧਾ ਨਹੀਂ ਹੈਗਾ ਪਰ ਰੋਕ ਕੇ ਰੱਖਿਆ ਕਈਆਂ ਨੇ। ਹੁਣ ਇਸ ਵਾਰ ਦੀਪੂ ਸੇਵਾ ਕਰ ਰਿਹਾ, ਕਹਿੰਦਾ ਤੇਲ ਦੀ ਮੈਂ ਸੇਵਾ ਕਰਾਂ 1500 ਦੀ ਸੇਵਾ ਕਰਦੀ ਦੀਪੂ ਨੇ 1500 ਰੁਪਏ ਦੀ ਤੇਲ ਦੀ। ਇੱਧਰੋਂ ਪਟਿਆਲਾ ਕ੍ਰੋਸ ਹੋ ਗਏ, ਚਾਹ ਦੇ ਲੰਗਰ 'ਚ ਰੁਕੇ ਦੀ, ਠੰਡ ਹੋ ਗਈ ਅਤੇ ਬਾਈ ਉਹਨੇ ਗੱਡੀ ਰੋਕੀ ਸੀ, ਫੋਟੋਆਂ ਕਰਾ ਰਹੇ ਨੇ, ਦੀਪੂ ਵਾਰੀ ਚਾਹ ਪੀ ਰਹੇ ਨੇ ਇੱਧਰ। ਲੈ ਵੀ ਮਿੱਤਰੋ ਪਟਿਆਲਾ ਟੱਪੇ ਦੀ ਸਵਾਜਪੁਰ ਦੇ ਲੰਗਰ 'ਚ ਰੁਕੇ ਅਤੇ ਭਰਾਵਾਂ ਨੇ ਹੱਥ ਮਾਰ ਲਿਆ, ਆ ਸਾਰੇ ਮੁੰਡਿਆਂ ਕਹਿੰਦੇ ਫੋਟੋਆਂ ਕਰਾਉਣੀਆਂ, ਫੋਟੋਆਂ ਕਰਾ ਰਹੇ ਜੀ ਸਾਰੇ। ਬਾਜੀ ਬਸ ਇੱਕ ਕਿਸੇ ਵੀ ਵੀਰ ਨੇ ਲੰਘਣ ਨਹੀਂ ਦਿੱਤਾ, ਕਿਸੇ ਵੀ ਵੀਰ ਨੇ ਮੂਹਰੇ ਹੋ ਜਾਂਦੇ ਨੇ ਫੋਟੋਆਂ ਕਰਾਉਣ ਕਰਕੇ। ਬਸ ਕੋਈ ਨਹੀਂ, ਫੋਟੋਆਂ ਕਰਾਉਣ ਕਰਕੇ ਨਾ ਸਾਰੇ ਲੰਗਰਾਂ 'ਚ ਰੁਕ ਰਹੇ ਹਾਂ, ਇਹ ਨਹੀਂ ਹੋਇਆ ਸੀ। ਉਹ ਪਤਾ ਨਹੀਂ ਕਿਹੜਾ ਲਿਖ ਗਿਆ। ਓਕੇ ਬਾਈ ਬਾਈ ਜੀ, ਆਹ ਦੇਖੋ ਬਾਈ ਦਾ ਪੇਂਡੂ ਟਰੈਕਟਰ, ਮਹਿਕਮਾ ਬਾਈ ਨੇ ਰੀਪਲਾਸ ਕਰਿਆ ਟਰੈਕਟਰ ਨੂੰ। ਦੇਖੋ ਜਿਹੜਾ ਇੱਥੇ ਕੰਮ ਕਰਨਾ ਚਾਹੁੰਦਾ ਇੱਥੇ ਵੀ ਕਰ ਸਕਦਾ, ਲੋਕ ਵਿਦੇਸ਼ਾਂ ਨੂੰ ਜਾ ਰਹੇ ਨੇ,
ਆਪਣੀ ਖੇਤੀ ਨਾਲ ਪਿਆਰ ਕਰੋ, ਖੇਤੀ ਕਰੋ। ਆਹ ਬਾਈ ਨੇ ਦੇਖੋ ਕਿੰਨੀ ਰੀਝ ਨਾਲ ਟਰੈਕਟਰ ਚੰਗਾ ਰਹਿੰਦਾ। ਧੰਨਵਾਦ ਬਾਈ ਦਾ, ਬਾਈ ਬਹੁਤ ਬਹੁਤ ਧੰਨਵਾਦ ਲੋਕਾਂ ਦਾ ਟਰੈਕਟਰ। ਲਵੀ ਹਾਂਜੀ ਵੀਰੇ, ਲਵੀ ਮਿੱਤਰੋ, ਰਸਤੇ 'ਚ ਭਰਾਵਾਂ ਨੇ ਰੋਕ ਲਿਆ ਸੀ ਚਾਹ ਪੀਣਾ ਆਪਣੇ ਸਮਾਣੇ ਦਾ, ਫਤਿਹਪੁਰ ਦਾ ਲੰਗਰ ਆ ਫਤਿਹਪੁਰੀ। ਬਹੁਤ ਪਿਆਰ ਦਿੱਤਾ ਯਾਰ ਇਹਨਾਂ ਨੇ ਭਰਾਵਾਂ ਨੇ, ਮੂਹਰੇ ਹੋ ਕੇ ਟਰੈਕਟਰ ਰੋਕ ਲਿਆ। ਵੈਸੇ ਰੋਕਣਾ ਨਹੀਂ ਸੀ ਨਾ, ਤਾਂ ਕਰਕੇ ਰੋਕਣਾ ਪੈਂਦਾ ਵੀ ਪਿਆਰ ਦਿੰਦੇ ਆ ਬੰਦਾ, ਐਂ ਨਾ ਕਹਿੰਦੇ ਵੀ ਟਰੈਕਟਰ ਰੋਕਿਆ ਨਹੀਂ। ਲੈ ਵੀ ਮਿੱਤਰੋ, ਸਮਾਣੇ ਪਹੁੰਚ ਗਏ ਅਤੇ ਸਮਾਣੇ ਕੀ ਪਹੁੰਚੇ ਬਈ, ਹੈ ਨਾ ਜਿਹੜਾ ਮੈਂ ਆ ਲਓ ਵੀ ਮਿਲੋ ਉਹ ਯਾਰ, ਉਹਦੇ ਲਈ ਸੌਰੀ ਹੈ ਨਾ ਬਈ, ਕੀ ਹਾਲ ਆ ਬਈ, ਅਸੀਂ ਉਹਦੇ ਲਈ ਸੌਰੀ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਬੁੱਕ ਕਰੀਆਂ ਸੀ ਛਾਤਰੀਆਂ ਵੀ ਫਤਿਹਗੜ੍ਹ ਸਾਹਿਬ ਲਾਵਾਂਗੇ, ਉਹ ਕੋਈ ਦਿੱਕਤ ਹੋ ਗਈ, ਪ੍ਰੋਬਲਮ ਹੋ ਗਈ ਸੀ, ਤਾਂ ਕਰਕੇ ਬਈ ਜੱਸੀ ਪਹੁੰਚਿਆ ਨਹੀਂ। ਅਤੇ ਬਈ ਜਿਹੜੇ ਹੁਣ ਉਹ ਬੁੱਕ ਨੇ ਛਾਤਰੀਆਂ ਜਿਹੜੇ ਉਰੇ ਆਉਣਗੇ ਸਪੈਸ਼ਲ, ਉਹਨਾਂ ਨੂੰ 1,000 ਰੁਪਇਆ ਡਿਸਕਾਊਂਟ ਆ, ਠੀਕ ਆ ਬਈ। ਹਾਂ, ਜਿੰਨੇ ਭਰਾਵਾਂ ਨਾਲ ਗੱਲਬਾਤ ਹੋਈ ਸੀ ਨਾ ਵੀ ਆਪਾਂ ਉੱਥੋਂ ਫਤਿਹਗੜ੍ਹ ਸਾਹਿਬ ਤੋਂ ਲਵਾ ਜੱਸੀ ਤੋਂ ਛਾਤਰੀ, ਇਹ ਤੋਂ ਬਾਈ ਤੋਂ ਆਇਆ ਨਹੀਂ ਗਿਆ, ਅਤੇ ਉਹਨਾਂ ਲਈ 1,000 ਰੁਪਇਆ ਡਿਸਕਾਊਂਟ ਆ, ਠੀਕ ਆ, ਜਿਹੜੀ ਮਰਜ਼ੀ ਛਾਤਰੀ ਲਵਾ ਲਓ, ਠੀਕ ਆ। ਠੀਕ ਆ ਜੱਸੀ ਬਈ। ਲਵੀ ਮਿੱਤਰੋ, ਘੱਗੇ ਪਹੁੰਚ ਗਏ ਸੀ, ਇਹ ਲੰਗਰ ਲਾ ਲਓ ਵੀ 3-4 ਵਜੇ ਇਹਨਾਂ ਨੇ ਸਮਾਪਤ ਕਰਤਾ ਸੀ। ਬਾਈ ਨੇ ਫੋਨ ਕਰਿਆ ਹੋਇਆ ਸੀ, ਕਹਿੰਦਾ ਪਹੁੰਚਣਾ, ਅਤੇ ਆਪਣੇ ਕਰਕੇ ਹੀ ਖੜੇ ਸੀ ਭਰਾ, ਕਹਿੰਦੇ ਚਾਹ ਰੱਖੀ ਬੈਠੀ ਆ ਤੁਹਾਡੇ ਵਾਸਤੇ, ਅਤੇ ਆਹੀ ਪਿਆਰ ਆ ਯਾਰ, ਨਿਊ ਪ੍ਰਿੰਸ 930 ਵਾਲਿਆਂ ਨੇ ਲੰਗਰ ਲਾਇਆ ਸੀ, ਇੱਥੇ ਆਏ ਸੀ ਆਪਾਂ। ਆਹ ਬਾਈ ਸਾਰੇ ਆਪਣੀ ਵੇਟ 'ਚ ਖੜੇ ਸੀ। ਕਿੰਨੇ ਵਜੇ ਸਮਾਪਤ ਕਰਤਾ ਸੀ ਲੰਗਰ ਬਾਈ? ਅੱਛਾ, ਬਾਈ ਕਹਿੰਦਾ 2 ਵਜੇ ਇੰਤਜ਼ਾਰ ਉਹ ਕਰਨਾ ਸੀ ਵੀ ਸਲਾਹ ਸੀ, ਪਰ ਤੁਹਾਡੇ ਕਰਕੇ ਕਹਿੰਦੇ ਵੀ ਹੁਣ ਤੱਕ ਦੱਬ ਲਿਆ ਏ, ਹੁਣੇ ਬਸ ਆਪਣੇ ਕਰਕੇ ਆ ਦੇਖੋ ਚਾਹ ਰੱਖੀ ਬੈਠੇ ਨੇ ਪਿਆਰ ਬਈ। ਲੈ ਵੀ ਮਿੱਤਰੋ, ਬਾਈਆਂ ਨੇ ਲੰਗਰ ਲਾਇਆ ਦਿਆ, ਕਿਉਂਕਿ ਇਹਨਾਂ ਦੇ ਏਰੀਆ 'ਚ ਜਿਹੜਾ ਉਹ ਤੁਹਾਨੂੰ ਪਹਿਲਾਂ ਵੀਡੀਓ ਦੇਖੀ ਆਪਣੀ ਕਾਠ ਪਿੰਡ ਵਾਲੀ, ਜਿਹ 'ਚ ਸਭ ਤੋਂ ਵੱਧ ਪਾਣੀ 'ਚ ਆਪਣਾ ਟਰੈਕਟਰ ਗਿਆ ਸੀ ਆ, ਉਹ ਵੀਡੀਓ ਇਹਨਾਂ ਸਾਰੇ ਭਰਾਵਾਂ ਨੇ ਦੇਖੀ ਹੋਈ ਆ, ਉਹਦੇ ਕਰਕੇ ਆਪਣਾ ਮਾਣ ਸਤਿਕਾਰ ਕਰ ਰਹੇ ਨੇ। ਅਤੇ ਉੱਧਰ ਕੰਬਾਈਨਾਂ ਖੜੀਆਂ ਨੇ, ਸਾਰਾ ਸਿਸਟਮ ਬਾਈਆਂ ਦਾ ਵਧੀਆ ਤਿਆਰ ਕਰਿਆ ਹੋਇਆ। ਲੈ ਵੀ ਮਿੱਤਰੋ, ਆਹ ਹੁੰਦਾ ਪਿਆਰ। ਵੈਸੇ ਤਾਂ ਤੁਹਾਨੂੰ ਪਤਾ ਹੈ ਨਾ ਏਜੰਸੀਆਂ ਕਿੰਨਾ ਕੁ ਟਾਈਮ ਬੰਦ ਹੋ ਜਾਂਦੀਆਂ ਨੇ, ਅਤੇ ਆਪਣੇ ਕਰਕੇ ਰੁਕੇ ਹੋਏ ਸੀ ਭਰਾ ਵੀ ਟਰੈਕਟਰ ਆਉਣਾ, ਫੋਨ ਕਰਿਆ ਹੋਇਆ ਸੀ ਸਵੇਰ ਦਾ, ਅਤੇ ਇਹਨਾਂ ਦਾ ਵੀ ਧੰਨਵਾਦ ਬਈ, ਆਹੀ ਪਿਆਰ ਹੁੰਦਾ। ਇਹ ਪਿਆਰ ਤਾਂ ਹੀ ਆ, ਇਹ ਏਰੀਏ 'ਚ ਉਹ ਕਾਠ ਪਿੰਡ ਸੀ ਜਿਹੜਾ ਤੁਹਾਨੂੰ ਵੀਡੀਓ ਦੇਖੀ ਆ ਪਹਿਲਾਂ ਲੰਗਰ ਵਾਲੀ, ਸਭ ਤੋਂ ਵੱਧ ਡੀਪਲੀ ਪਾਣੀ 'ਚ ਆਪਣਾ ਟਰੈਕਟਰ ਗਿਆ ਸੀ, ਉਹਦੇ ਕਰਕੇ ਹੀ ਮਾਣ ਸਤਿਕਾਰ ਹੋ ਰਿਹਾ ਇਹ, ਕਿਉਂਕਿ ਇਹਨਾਂ ਦਾ ਏਰੀਆ ਸੀ ਉਹ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਚੱਲਿਆ ਵਾਪਸ, ਧੰਨਵਾਦ ਬਾਈ, ਆਗਿਆ ਦਿਓ ਹੁਣ। ਅਤੇ ਲੈ ਮਿੱਤਰੋ, ਲਾਸਟ ਲੰਗਰ 'ਚ ਰੁਕੇ ਸੀ ਹੁਣ ਪਿੰਡ 'ਚ, ਠੀਕ ਆ ਉੱਪਰ ਜੀ ਬਾਈ ਜੀ। ਲੈ ਵੀ ਮਿੱਤਰੋ, ਪਾਤਰਾ ਪਹੁੰਚ ਗਏ, ਘੱਗੇ ਤੋਂ ਬਾਅਦ ਸਨੀ ਦਾ ਫੋਨ ਆ ਗਿਆ ਸੀ, ਸਨੀ ਕੋਲ ਆਏ ਸੀ ਆਪਾਂ, ਤੁਹਾਨੂੰ ਪਤਾ ਹੀ ਇੱਥੇ ਦਾ ਆਪਣਾ ਆਉਣਾ ਜਾਣਾ ਪੱਕਾ ਹੀ ਆ, ਸਨੀ ਆਪਣੇ ਕਰਕੇ ਹੀ ਸਨੀ ਖੜਿਆ ਸੀ ਆ, ਹੁਣ ਇਹ ਵੀ ਲੰਘ ਜਾਣਾ ਸੀ ਸਨੀ ਨੇ। ਚਲੋ ਹੁਣ ਚੱਲਦੇ ਆ ਬਾਈ ਵਾਪਸ ਪਿੰਡ ਨੂੰ, ਮਿਲ ਲਿਆ ਸਨੀ ਨੂੰ ਵੀ। ਓਕੇ ਬਾਈ, ਅਗਲੇ ਵਲੌਗ ਦੇਖਣ ਲਈ ਚੈਨਲ ਕਰ ਲਓ ਸਬਸਕ੍ਰਾਈਬ। ਲੈ ਬਈ, ਦਰੀਆਂ ਛੱਡਣ ਆਏ ਸੀ ਇਹ, ਅਤੇ ਭਰਾ ਕਹਿੰਦਾ ਆਪਣੇ ਵੱਲੋਂ ਸੇਵਾ ਹੀ ਆ, ਕਿਰਾਇਆ ਲੈ ਹੀ ਨਹੀਂ। ਆਹ ਮਿੱਤਰ ਆਪਣੀਆਂ ਵੀਡੀਓ ਦੇਖਦਾ ਗਾ ਜਾਂਦੇ, ਉਹ ਪਿਛਲੀ ਵਾਰੀ ਵੀ ਆਪਾਂ ਇਹਨਾਂ ਤੋਂ ਲਈ ਦਰੀਆਂ, ਅੱਜ ਐਤਕੀ ਵੀ ਸ਼ਾਦੀ ਰੀ ਤੋਂ। ਧੰਨਵਾਦ ਵੀਰੇ ਯਾਰ। ਲੈ ਵੀ ਮਿੱਤਰੋ, 8:30 ਹੋ ਗਏ,
ਬਾਬੇ ਦੀ ਕਿਰਪਾ ਨਾਲ ਸਹੀ ਸਲਾਮਤ ਤੁਹਾਡੇ ਦੁਆਵਾਂ ਨਾਲ ਘਰੇ ਪਹੁੰਚ ਗਏ ਤੇ ਹੁਣ ਆਪਾਂ ਟਰਾਲੀ ਟੋਲੀ ਲਾ ਦਈਏ ਫਿਰ ਕਰਦੇ ਹਾਂ ਗੱਲਬਾਤ ਥੋੜ੍ਹੀ ਕੰਮ ਦੀ। ਲੈ ਵੀ ਮਿੱਤਰੋ ਟਰਾਲੀ ਕੱਢ ਦਈਏ, ਟਰਾਲੀ ਕੱਢ ਕੇ ਆਪਾਂ ਟਰੈਕਟਰ ਲਾ ਦਈਏ ਅੰਦਰ, ਡਰਾਵਲ ਉਹ ਦੂਜੀ ਆ ਜਿਹੜੀ ਗੱਡੀ 'ਚ ਰਹਿ ਗਈ ਸੀ ਬਾਈ ਦੀ 'ਚ, ਹੋਰ ਡਰਾਵਲ ਪਾ ਕੇ ਹੁਣ ਟਰਾਲੀ ਕੱਢ ਕੇ ਟਰੈਕਟਰ ਲਾ ਦਈਏ ਆਪਾਂ ਅੰਦਰ। ਠੀਕ ਆ, ਲੈ ਵੀ ਟਰਾਲੀ ਕੱਢਤੀ, ਦੀਪੂ ਦੇ ਨੇ ਚੁੰਡੀ ਵੱਢ ਲਈ, ਪੰਨੇ ਜਾਣੇ ਚੁੰਡੀ ਵੱਢ ਲਈ ਦੀਪੂ ਦੀ ਉਂਗਲ, ਠੰਡੀ ਹੋ ਰਹੀ ਤੇ ਉਂਗਲ ਪਹਿਲੇ ਹੀ। ਲੈ ਵੀ ਮਿੱਤਰੋ ਲਾਤੀ ਮਸਟੈਂਗ ਆਪਣੀ ਆਪਦੇ ਰੂਮ 'ਚ, ਅਤੇ ਹੁਣ ਲੈਟਾਂ ਲੁਟਾਂ ਕਰ ਦਈਏ ਬੰਦ। ਠੀਕ ਆ, ਅਤੇ ਟਰਾਲੀ ਆਪਾਂ ਕੱਢਤੀ ਸੀ ਅਤੇ ਸਮਾਨ ਸਮੂਨ ਚੱਕ ਕੇ ਹੁਣ ਲਾ ਲਈਏ, ਬਾਕੀ ਤਰਪਾਲਾ ਤਰਪੂਲਾ ਆਪਾਂ ਸਵੇਰੇ ਖੋਲਾਂਗੇ। ਕਿਉਂ ਸੰਦੀਪ? ਲੈ ਵੀ ਮਿੱਤਰੋ ਅਸੀਂ ਪਹੁੰਚ ਗਏ ਸੀ ਘਰੇ, ਟਾਈਮ ਹੋ ਗਿਆ 9 ਦਾ, ਅਤੇ ਹੁਣ ਹੈ ਨਾ ਜੋ ਵੀ ਆਪਣੇ ਨਾਲ ਤੁਹਾਨੂੰ ਗੱਲਾਂ ਬਾਤਾਂ ਦੱਸਦੇ ਹਾਂ। ਠੀਕ ਆ, ਅਤੇ ਆਹ ਨਾ ਦੀਪੂ ਆਪਾਂ ਆਰਾਮ ਨਾਲ ਗਏ ਸੀ ਅਤੇ ਲਗਭਗ ਸਾਨੂੰ ਸਾਡੇ ਵਾਲੇ ਰੋਡ 'ਤੇ 4 ਕੁ ਬੰਦੇ ਹੁੱਲੜਬਾਜ਼ੀਆਂ ਵਾਲੇ ਮਿਲੇ ਸੀ, ਜਿਹੜੇ ਸਾਨੂੰ ਚਾਂਗਾਂ ਜਿਹੀਆਂ ਮਾਰ ਕੇ ਹੱਥ ਮਾਰਦੇ ਸੀ ਵੀ ਆ ਜਾਓ ਹੋਏ ਆ ਜਾਓ ਹੋਏ, ਹੈ ਨਾ, ਉਹਨਾਂ ਨੂੰ ਇਗਨੋਰ ਮਾਰ ਕੇ ਅਸੀਂ ਆਰਾਮ ਨਾਲ ਗਏ, ਆਰਾਮ ਨਾਲ ਆਏ ਹਾਂ। ਸੋ ਸਾਰਿਆਂ ਨੂੰ ਬੇਨਤੀ ਆ ਬਈ, ਹੈ ਨਾ, ਟਕਾਈ ਨਾਲ ਜਾਇਆ ਕਰੋ, ਪਹੁੰਚ ਸਭ ਨੇ ਜਾਣਾ। ਜਿਹੜੇ ਉਹ ਹੁੱਲੜਬਾਜ਼ੀਆਂ ਵਾਲੇ ਚਾਂਗਾਂ ਮਾਰ ਕੇ ਲੰਘੇ ਸੀਗੇ, ਉਹ ਜਾਮ 'ਚ ਫਸੇ ਹੋਏ ਸੀ ਜਦੋਂ ਅਸੀਂ ਜਾਮ 'ਚ ਲੱਗੇ ਹਾਂ, ਹੈ ਨਾ। ਆਪਾਂ 5 ਵਜੇ ਜਾਮ 'ਚ ਲੱਗੇ ਸੀ, 9 ਵਜੇ ਫਤਿਹਗੜ੍ਹ ਸਾਹਿਬ ਪਹੁੰਚ ਗਏ ਸੀ। ਜਦੋਂ ਆਪਾਂ ਪਟਿਆਲਾ ਟੱਪ ਗਏ ਸੀ, ਪਟਿਆਲੇ ਤੋਂ ਅੱਗੇ ਜਾਮ ਏ ਸੀ, ਹੌਲੀ ਜਾਣਾ, ਜਮੀ ਹੌਲੀ ਗਏ ਸੀਗੇ। ਅਤੇ ਉਹ ਤੋਂ ਬਾਅਦ ਜਦੋਂ ਪਟਿਆਲੇ ਵਾਲਾ ਆਪਣਾ ਮੋਹਾਲੀ ਵਾਲਾ ਬਾਈਪਾਸ ਹੋ ਗਈ ਸੀ, ਫਿਰ ਤਾਂ ਲੋਹ 'ਚ ਲਾਉਣਾ ਪੈ ਗਿਆ ਸੀ ਨਾ, ਫਿਰ ਲੋਹ 'ਚ ਚੱਲਿਆ ਕੰਮ, ਉਹ ਸਾਰੇ ਜਾਮ 'ਚ ਹੀ ਫਸੇ ਹੋਏ ਸੀ। ਸੋਈ ਉਹ ਟਾਈਮ 'ਤੇ ਪਹੁੰਚੇ ਨੇ, ਸੋਈ ਅਸੀਂ, ਕਿਉਂਕਿ ਆਰਾਮ ਨਾਲ ਵੀ ਪਹੁੰਚ ਹੀ ਜਾਣਾ, ਘੰਟਾ ਲੇਟ ਸਹੀ, ਅਤੇ ਬਾਅਦ 'ਚ ਪਛਤਾਵੇ ਤੋਂ ਬਿਨਾਂ ਕੁਛ ਨਹੀਂ ਬਣਦਾ ਬਾਈ। 1 ਮਿੰਟ 'ਚ ਜਿਹੜੇ ਨਾਲ ਬੈਠੇ ਹੁੰਦੇ ਨੇ ਉਹ 1 ਮਿੰਟ 'ਚ ਕਰਾ ਕੇ ਕੰਮ ਪਰਾਂ ਹੋ ਜਾਂਦੇ ਨੇ, ਫਿਰ ਨਾਲ ਕੋਈ ਨਹੀਂ ਖੜਦਾ, ਆਪੇ ਘੁਸਤਨੀਆਂ ਪੈਂਦੀਆਂ ਨੇ ਅਗਲੇ ਨੂੰ, ਜਿਹਦਾ ਸਾਧਨ ਹੁੰਦਾ ਹੈ ਕੇਰਾਂ, ਅਗਲਾ ਕਹਿੰਦਾ ਚੱਕ ਦੇ ਬਾਈ ਆਪਣੇ ਨਾਲ ਤਾਂ ਲੰਘ ਜੂ, ਲੰਘਣ ਲੁੰਘਣ ਨੂੰ ਲੰਘਣ ਕਿਸੇ ਨੂੰ ਨਹੀਂ ਦੇਣਾ ਸੀ, ਜੇ ਹਿਸਾਬ ਨਾਲ ਜਾਂਦੇ ਆਪਾਂ ਨਾ ਵੀ ਆਪਣਾ ਵੀ ਬਥੇਰਾ ਭੱਜਦਾ, ਹਾਂ ਆਪਣਾ ਬਥੇਰਾ ਭੱਜਦਾ, ਉਹਦਾ ਅਸੀਂ ਰੇਸ ਘਟਾ ਕੇ ਗਏ ਸੀ ਤਾਂ ਵੀ ਆਪਣਾ ਮਨ ਭੜਕਣਾ ਹੀ ਨਹੀਂ, ਆਪਾਂ ਨੂੰ ਪਤਾ ਵੀ ਇਹ ਤੋਂ ਅੱਗੇ ਲੱਗਣਾ ਹੀ ਨਹੀਂ, ਫਿਰ ਆਪਾਂ ਰੇਸ ਦਿੰਦੀ ਨਹੀਂ, ਜਦੋਂ ਆਪਾਂ ਨੂੰ ਪਤਾ ਵੀ ਆਪਣੇ ਨਾਲ ਅੱਗੇ ਲੰਘ ਜੂ ਫਿਰ ਆਟੋਮੈਟਿਕ ਰੇਸ ਖਿੱਚਣਾ ਹੁੰਦਾ ਬੰਦਾ। ਸੋ ਸਾਰਿਆਂ ਨੂੰ ਬੇਨਤੀ ਆ ਬਈ ਧਿਆਨ ਨਾਲ ਜਾਇਆ ਕਰੋ, ਹੈ ਨਾ, ਆਨੰਦਪੁਰ ਫਤਿਹਗੜ੍ਹ ਸਾਹਿਬ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇਤਿਹਾਸ ਤਾਂ, ਅਤੇ ਮਾੜੀਆਂ ਬਾਕੀ ਤੁਹਾਨੂੰ ਪਤਾ ਉੱਥੇ ਭਰਾ ਬਹੁਤ ਮਿਲੇ ਯਾਰ, ਅਤੇ ਸਤਿਕਾਰ ਵਾਲੀਆਂ ਤਾਂ ਗੱਲਾਂ ਛੱਡ ਦਿਓ ਬਈ, ਇੰਨੇ ਯੋਗਾ ਕਦੇ ਸਮਝਿਆ ਨਹੀਂ ਸੀ ਵੀ ਇੰਨੇ ਯੋਗੇ ਹੋ ਜਾਣਗੇ, ਹੈ ਨਾ। ਜਿੰਨੇ ਵੀ ਭਰਾਵਾਂ ਨੇ ਹੁਣ ਆਉਂਦੇ ਹੋਏ ਪਹਿਲਾਂ ਕਿਹਾ ਜੀ ਵੀ ਸਾਡੇ ਲੰਗਰ 'ਚ ਰੁਕਿਓ, ਕਿਉਂਕਿ ਖਾਣਾ ਪੀਣਾ ਤਾਂ ਇੱਕ ਲੰਗਰ 'ਚ ਖਾ ਕੇ ਅਗਲਾ ਮੁੜ ਕੇ ਕਿੱਥੇ ਰੁਕਣਾ ਹੁੰਦਾ, ਹੈ ਨਾ, ਮੂਹਰੇ ਹੋ ਜਾਂਦੇ ਸੀ, ਅਗਲਾ ਐਂ ਕਰਦਾ ਹੁੰਦਾ ਸੀ ਵੀ ਫੋਟੋ ਕਰਾਉਣੀ ਹੈਗੀ, ਤਾਂ ਕਰਕੇ ਸਾਨੂੰ ਰੋਕਣਾ ਪੈਂਦਾ ਜੀ। ਲਗਭਗ ਸਾਰੇ ਹੀ ਲੰਗਰਾਂ 'ਚ ਰੁਕੇ ਆਉਂਦੇ ਹੋਏ, ਹੈ ਨਾ, ਪਿਆਰ ਬਹੁਤ ਮਿਲਿਆ, ਅਤੇ ਪਿਆਰ ਤਾਂ ਤੁਸੀਂ ਦੇਖ ਹੀ ਲਿਆ ਵੀਡੀਓ 'ਚ ਬਈ ਅੱਗੇ, ਹੈ ਨਾ, ਸਮਾਨ ਏ ਘੱਗੇ ਜਿੱਥੇ ਜਿੱਥੇ ਸਾਰੇ ਪਿੰਡਾਂ 'ਚ ਰੁਕੇ ਆਂਗੇ। ਅਤੇ ਬਹੁਤ ਬਹੁਤ ਧੰਨਵਾਦ ਵੀ ਜਿਨ੍ਹਾਂ ਨੇ ਇੰਨਾ ਮਾਣ ਬਖਸ਼ਿਆ, ਹੈ ਨਾ, ਇੰਨੇ ਜੋਗੇ ਕਦੇ ਸਮਝਿਆ ਨਹੀਂ ਸੀ ਵੀ ਆਪਾਂ ਹੋ ਜਾਵਾਂਗੇ, ਅਤੇ ਸੋਨੇ ਆਪਾਂ ਹੋਏ ਨਹੀਂ, ਸੋਨੇ ਕਰੇ ਹਾਂ, ਹੈ ਨਾ, ਅੱਗੇ ਵੀ ਮਾਣ ਬਖਸ਼ਿਓ ਬਈ, ਹੈ ਨਾ, ਧੰਨਵਾਦ ਅਤੇ ਲਵ ਯੂ ਸਾਰਿਆਂ ਨੂੰ ਬਈ ਜਿਹੜੇ ਪਿਆਰ ਦਿੰਦੇ ਹੋ। ਬਾਏ ਬਾਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜਾਣੇ ਅਸੀਂ 5 ਸੀ, ਮੇਰੀ ਖੋ ਗਈ ਸੀ ਪਾਵਰ ਬੈਂਕ, ਇੱਧਰ ਦੇਖੋ ਕੀ ਕੁਛ ਕਰਿਆ ਇਹਨਾਂ ਨੇ, ਇਕੱਲੇ ਇਕੱਲੇ ਗਾ ਝੋਲਾ ਫਰੋਲ ਫਰੋਲ ਕੇ, ਇਕੱਲਾ 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 ਕੱਪੜਾ ਫਰੋਲ ਕੇ ਸਾਰੀ ਟਰਾਲੀ ਫਰੋਲਤੀ, ਗੱਦੇ ਲਾ ਤੇ, ਗੱਦੇ ਤਰਪਾਲਾਂ ਵੀ ਕੱਢਤੀਆਂ, ਇਕੱਲੀ ਇਕੱਲੀ ਚੀਜ਼ ਫਰੋਲਤੀ, ਪਤਾ ਕਿੱਥੋਂ ਲੱਭੀ, ਆਏ ਚ ਹੂੰ ਟਰੱਕ 'ਚ ਕੀ ਨੇ, ਉਹਨੂੰ ਕਿਹਾ ਵੀ ਉਹਨੂੰ ਸਮਾਈ ਸੀ ਵੀ ਕਿੱਥੇ ਆ, ਹੁਣ ਕਹਿੰਦਾ ਮੈਂ ਵਿੱਚ ਪਾਈ ਸੀ, ਦੇਖ ਮੈਂ ਉਹਨੂੰ ਪੁੱਛਿਆ ਵੀ ਪਾਵਰ ਬੈਂਕ ਕਿਤੇ, ਕਹਿੰਦਾ ਮੈਂ ਟਰਾਲੀ ਦੇ ਵਿਚਾਲੇ 'ਚ ਰੱਖੀ ਸੀ, ਹੁਣ ਜਦੋਂ ਇਹ 'ਚੋਂ ਲੱਭ ਗਈ ਟਰੱਕ 'ਚੋਂ, ਕਹਿੰਦਾ ਮੈਂ ਹੀ ਧਰੀ ਸੀ, ਬੱਲੇ ਬਈ ਬੱਲੇ, 4 ਜਾਣੇ ਤੇ ਅਸੀਂ ਸਾਰਿਆਂ ਦੇ ਕੱਪੜੇ ਫਰੋਲ ਲਏ, ਕਹਿੰਦਾ ਮੈਂ ਫਰੋਲਦਾ ਬਾਈ, ਇਕੱਲਾ ਇਕੱਲਾ ਕੱਪੜਾ ਵੀ ਫਰੋਲ ਲਿਆ, ਅਤੇ ਹੁਣ ਐਂਡ 'ਤੇ ਲੱਭੀ ਟਰੱਕ 'ਚੋਂ, ਆਹਦਾ ਆਹਦਾ ਜ਼ਿਆਦਾ ਦੀਪੂ ਟਰੱਕ ਵਾਲੀ ਚੀਜ਼ ਤਾਂ ਠੀਕ ਆ, ਬੂਟ ਤਾਂ ਝੱਲੇ 1500 ਦੇ, 4500 ਦੀ ਲਈ ਸੀ ਚੰਡੀਗੜ੍ਹ ਤੋਂ,
4500 ਦੀ ਇਹ ਗਈ ਸੀ, 1500 ਦੇ ਬੂਟ, 5-6 ਹਜ਼ਾਰ ਦਾ ਨੁਕਸਾਨ ਤਾਂ ਐਵੇਂ ਕਰਤਾ ਸੀ ਤੁਹਾਨੇ। ਚਲੋ ਲੱਭ ਗਈ ਹੈ।